ਤੇ ਕੀ ਹੁਕਮ ਮੰਨੀਏ ਜੀ? ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਹੈ ਕਿ ਸੱਚੀ ਬਾਣੀ ਨੂੰ ਗਾਓ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਹੇ ਰੱਬ ਦੇ ਪਿਆਰੇ ਸੰਤ ਜਨੋ, ਆਓ ਉਸ ਅਕਥ ਪਿਆਰੇ ਵਾਹਿਗੁਰੂ ਜੀ ਦੀ ਕਹਾਣੀ ਕਰੀ। ਹਜ਼ੂਰ ਅੱਜ ਮਿਹਰ ਪੈ ਕਰਦੇ ਨੇ ਕਿ ਸਤਿਗੁਰੂ ਤੋਂ ਬਿਨਾਂ ਚੇਤਿਆ ਨਹੀਂ ਜਾ ਸਕਦਾ। ਵੈਸੇ ਕਈ ਸਾਡੇ ਪ੍ਰਸ਼ਨ ਨੇ ਕਿ ਪਰਮਾਤਮਾ ਨੂੰ ਸਿੱਧਾ ਕੋਈ ਨਹੀਂ ਮਿਲ ਸਕਦਾ। ਮੈਂ ਬੇਨਤੀ ਕੀਤੀ ਜਿਸ ਘਰ ਵਿੱਚ ਆਪਾਂ ਬੈਠੇ ਹਾਂ, ਗੁਰਮਤਿ ਨੇ ਗੱਲ ਕਹੀ ਹੈ ਵੀ ਗੁਰ ਪ੍ਰਸਾਦ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਨਹੀਂ, ਗੁਰੂ ਦੀ ਕਿਰਪਾ ਤੋਂ ਬਿਨਾਂ, ਰੱਬ ਦੀ ਮੁਰਸ਼ਦ ਦੀ ਮਿਹਰ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਭਾਵੇਂ ਪਰਮਾਤਮਾ ਸਰਬ ਵਿਆਪਕ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਰਾਮਕਲੀ ਰਾਗ ਵਿੱਚ, ਉਸ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਹਜ਼ੂਰ ਨੇ ਪ੍ਰਭੂ ਦੀ ਸਰਬ ਵਿਆਪਕਤਾ, ਉਹਦੇ ਸਪਸ਼ਟ ਜ਼ਾਹਰਾ ਜ਼ਹੂਰ ਦੀਦਾਰ, ਅਤੇ ਨਾਲ ਇਹ ਵੀ ਕਹਿ ਦਿੱਤਾ ਵੀ ਰੱਬ ਇੰਨਾ ਨੇੜੇ ਬੰਦੇ ਦੇ ਪਰ ਇਹਨੂੰ ਪ੍ਰਾਪਤੀ ਕਿਉਂ ਨਹੀਂ, ਅਤੇ ਪ੍ਰਾਪਤੀ ਦਾ ਵਸੀਲਾ ਕੀ ਹੈ? ਇਹ ਸ਼ਬਦ ਹੁੰਦਾ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਕਿ ਮੇਰਾ ਪਿਆਰਾ ਸੱਜਣ ਵਾਹਿਗੁਰੂ ਬਿਲਕੁਲ ਪਰਮਾਤਮਾ ਰਾਮ ਮੇਰੇ ਅੰਗ ਸੰਗ ਮੇਰੇ ਨੇੜੇ ਖਲੋਤਾ। ਇਸ ਸ਼ਬਦ ਨੇ ਇੱਕ ਇੱਕ ਬਚਨ ਨੂੰ ਧਿਆਨ ਨਾਲ ਸਰਵਣ ਕਰਿਓ ਗੁਰਮੁਖੋ, ਕਿ ਗੁਰੂ ਤੋਂ ਬਿਨਾਂ ਨੇੜੇ ਖਲੋਤੇ ਹੋਏ ਸੱਜਣ ਦੇ ਵੀ ਦੀਦਾਰ ਨੇ, ਹੈ ਉਹ ਨੇੜੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਅਤੇ ਹਜ਼ੂਰ ਅੱਗੇ ਬਚਨ ਕਹਿੰਦੇ ਨੇ ਕਿੱਲਾ ਨੇੜੇ ਨਹੀਂ ਖਲੋਤਾ, ਨੈਣ ਆਲੋਏੜਾ ਹਰ ਨੈਣ ਆਲੋਏੜਾ, ਕਹਿੰਦੇ ਨੇ ਉਹ ਪਿਆਰਾ ਵਾਹਿਗੁਰੂ ਮੈਂ ਆਪਣੀਆਂ ਨੇਤਰਾਂ ਨਾਲ ਵੀ ਦੇਖਿਆ ਹੈ, ਉਹ ਅੱਖਾਂ ਨਾਲ ਵੀ ਦਿਸਦਾ ਪਿਆ, ਨੈਣਾਂ ਨਾਲ ਨੇਤਰਾਂ ਨਾਲ ਵੀ ਦੇਖਿਆ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਫਿਰ ਕਹਿਣ ਲੱਗੇ ਉਹਨੂੰ ਆਪਣੇ ਨੇਤਰਾਂ ਨਾਲ ਦੇਖਿਆ ਨੈਣ ਆਲੋਏੜਾ, ਅਤੇ ਮਹਾਰਾਜ ਜਿਹੜਾ ਅੱਖਾਂ ਨਾਲ ਦਿਸਦਾ ਸਾਰਿਆਂ ਨੂੰ ਕਿਉਂ ਨਹੀਂ ਦਿਸਦਾ? ਕਹਿਣ ਲੱਗੇ ਚੇਤੇ ਰੱਖੀ ਨੈਣ ਆਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰੈ ਗੂੜਾ, ਕਿ ਉਹ ਪਿਆਰਾ ਬਿਲਕੁਲ ਅੱਖਾਂ ਨਾਲ ਦਿਸਦਾ, ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ, ਉਹ ਪਿਆਰਾ ਅਤ ਦਾ ਮਿਠਾਸ ਭਰੇ ਉਹਦੇ ਬਚਨ ਨੇ। ਦੇਖੋ ਤਿੰਨ ਬਚਨ ਕਹਿ, ਨਿਕਟ ਖਲੋਏੜਾ ਹੈ, ਨੈਣ ਆਲੋਏੜਾ ਹੈ, ਅਤੇ ਤੀਸਰਾ ਬਚਨ ਕੀਤੋ ਨੇ ਕਿ ਘੱਟ ਘੱਟ ਸੋਇਆ ਅੱਖਾਂ ਨਾਲ ਦਿਸਦਾ ਬਿਲਕੁਲ ਨੇੜੇ ਖਲੋਤਾ। ਅਤੇ ਪੁੱਛਿਆ ਸਤਿਗੁਰੂ ਜੀ ਜਿਹਨੂੰ ਤੁਸੀਂ ਕਹਿ ਰਹੇ ਹੋ ਨੈਣ ਆਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰੈ ਗੂੜਾ, ਅਤੇ ਸੱਚੇ ਪਾਤਸ਼ਾਹ ਨਾਲ ਖੋਵੰਦਾ ਲੈ ਨਾ ਸ਼ਕੰਦਾ ਸਵਾਓ ਨਾ ਜਾਣਾ ਮੂੜਾ, ਜੇ ਪਰਮਾਤਮਾ ਬਿਲਕੁਲ ਨਾਲ ਹੈ ਅੰਗ ਸੰਗ ਹੈ ਤੇ ਫਿਰ ਉਹਦਾ ਰਸ ਉਹਦਾ ਸਵਾਦ ਸਾਨੂੰ ਕਿਉਂ ਨਹੀਂ ਆਉਂਦਾ, ਅਸੀਂ ਕਿਉਂ ਨਹੀਂ ਉਹਨੂੰ ਮਾਣ ਸਕਦੇ? ਤੇ ਜਿਸ ਨੂੰ ਤੁਸੀਂ ਕਹਿੰਦੇ ਹੋ ਨੇਤਰਾਂ ਨਾਲ ਦਿਸਦਾ ਤੇ ਪੂਰਾ ਸੰਸਾਰ ਉਹਨੂੰ ਆਪਣੀਆਂ ਅੱਖਾਂ ਨਾਲ ਪ੍ਰਤਾਪ ਕਿਉਂ ਨਹੀਂ ਦੇਖ ਸਕਦਾ? ਹਜ਼ੂਰ ਨੇ ਬਚਨ ਕੀਤੇ ਕਿ ਪਿਆਰੇ ਨਾਲ ਖੋਵੰਦਾ ਹੈ ਉਹ ਨਾਲ ਲਹਿ ਨਾ ਸ਼ਕੰਦਾ, ਪਰ ਉਹਦੀ ਪ੍ਰਾਪਤੀ ਨਹੀਂ ਹੋ ਰਹੀ, ਇਹਦਾ ਕਾਰਨ ਸਵਾਓ ਨਾ ਜਾਣਾ ਮੂੜਾ। ਤੇ ਸਾਹਿਬ ਕਹਿੰਦੇ ਨੇ ਦਾ ਕਾਰਨ ਇਹ ਵੇ, ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ। ਕਿਉਂ ਨਹੀਂ ਤੂੰ ਉਸ ਪਿਆਰੇ ਨੂੰ ਮਿਲ ਸਕਦਾ ਜਿਹੜਾ ਸਾਜਨੜਾ ਹੈ, ਜਿਹੜਾ ਨੈਣ ਅਲੋਇੜਾ ਹੈ, ਜਿਹੜਾ ਘੱਟ ਘੱਟ ਸੋਇਆ? ਕਹਿਣ ਲੱਗੇ ਮਾਇਆ ਮਦ ਮਾਤਾ, ਆਪਣੇ ਅੰਦਰ ਨੂੰ ਪੁੱਛ ਕੇ ਦੇਖ, ਤੇਰਾ ਅੰਦਰ ਮਾਇਆ ਦੇ ਨਸ਼ੇ ਵਿੱਚ ਚੂਰ ਹੋਇਆ ਹੈ। ਖੋਛੀ ਬਾਤਾਂ, ਅਤੇ ਜਿਤਨੀਆਂ ਵੀ ਗੱਲਾਂ ਤੇਰਾ ਮਨ ਕਰਦਾ ਸਿਰਫ ਖੋਛੀਆਂ ਸਿਰਫ ਫੋਕੀਆਂ। ਮਾਇਆ ਮਦ ਮਾਤਾ ਖੋਛੀ ਮਾਤਾ ਮਿਲ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰਬਿਨ ਨਹੀਂ ਸੋਝੈ ਹਰ ਸਾਜਨ ਸਭ ਕਹਿ ਨਿਕਟ ਖੜਾ। ਇਹਦਾ ਮਤਲਬ ਹਰੀ ਸੱਜਣ ਹਰ ਇੱਕ ਦੇ ਨਜ਼ਦੀਕ ਹੈ, ਪਰ ਗੁਰੂ ਤੋਂ ਬਿਨਾਂ ਉਹ ਸੁੱਝਦਾ ਨਹੀਂ, ਗੁਰੂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ। ਕਹੋ ਨਾਨਕ ਗੁਰਬਿਨ ਨਹੀਂ ਸੁੱਝੈ ਹਰ ਸਾਜਨ ਸਭ ਕਹਿ ਨਿਕਟ ਖੜਾ, ਅੱਤ ਦਾ ਨੇੜੇ ਹੁੰਦਾ ਹੋਇਆ ਵੀ ਉਸ ਸੱਜਣ ਦੀ ਪ੍ਰਾਪਤੀ ਨਹੀਂ। ਹਜ਼ੂਰ ਨੇ ਇਹੀ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਡਹੰਸ ਕੀ ਵਾਰ ਵਿੱਚ ਕਹੇ। ਕਿਰਪਾਲੂ ਦਾਤਾ ਜੀ ਦਾ ਇੱਕ ਬਚਨ ਆਉਂਦਾ, ਕਹਿਣ ਲੱਗੇ ਧੁਰ ਖਸਮੈ ਕਾ ਹੁਕਮ ਭਇਆ। ਇਸ ਤੁਕ ਵੱਲ ਧਿਆਨ ਦਿਆ ਜੀ,
ਗੁਰੂ ਧਾਰਨ ਕਰਨਾ ਕਿਉਂ ਜ਼ਰੂਰੀ ਹੈ? ਤੁਰ ਖਸਮੈ ਕਾ ਹੁਕਮ ਭਇਆ, ਇਹਦਾ ਅਰਥ ਹੈ ਰੱਬ ਦੀ ਦਰਗਾਹ ਵਿੱਚੋਂ ਤੁਰ, ਰੱਬ ਨੇ ਇਹ ਹੁਕਮ ਕਰ ਦਿੱਤਾ। ਕੀ ਹੁਕਮ ਕੀਤਾ? ਵਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੇ ਘਰੋਂ ਆਵਾਜ਼ ਆਈ ਕਿ ਮੇਰਾ ਚਿੰਤਨ ਕੋਈ ਕਰ ਨਹੀਂ ਸਕਦਾ। ਹੁਣ ਇਹ ਬਚਨ ਮੇਰੇ ਗੁਰੂ ਅਮਰਦਾਸ ਕਿਰਪਾਲੂ ਜੀ ਦੇ, ਤੁਰ ਖਸਮੈ ਕਾ ਹੁਕਮ ਭਇਆ, ਵਿਨ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ, ਅੰਤਰ ਰੱਬ ਰਿਹਾ, ਸਦਾ ਰਿਹਾ ਲਿਵ ਲਾਏ। ਤੁਰ ਰੱਬ ਦੇ ਘਰੋਂ ਹੁਕਮ ਹੈ ਕਿ ਸਤਿਗੁਰੂ ਤੋਂ ਬਿਨਾਂ ਚੇਤਿਆ ਨਹੀਂ ਜਾਂਦਾ, ਅਤੇ ਜਿਸ ਨੂੰ ਸਮਰੱਥ ਗੁਰੂ ਮਿਲ ਗਿਆ ਉਹਦੇ ਅੰਦਰ ਪਰਮਾਤਮਾ ਟਿਕ ਗਿਆ, ਜਿਸ ਅੰਦਰ ਪਰਮਾਤਮਾ ਟਿਕ ਗਿਆ ਉਹਦੀ ਲਿਵ ਦਿਨ ਰਾਤ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੈ। ਇਸ ਸ਼ਲੋਕ ਦੇ ਇੱਕ ਇੱਕ ਬਚਨ ਵੱਲ ਧਿਆਨ ਦੇਣਾ ਕਿ ਤੁਰ ਖਸਮੈ ਕਾ ਹੁਕਮ ਭਇਆ, ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ, ਅੰਤਰ ਰੱਬ ਰਿਹਾ, ਸਦਾ ਰਿਹਾ ਲਿਵ ਲਾਏ। ਅਤੇ ਜਿਹੜਾ ਲਿਵ ਲਾਉਂਦਾ ਉਹਦਾ ਸੁਭਾਅ ਕੀ ਹੈ? ਦਮ, ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹੁਣ ਉਹ ਦਮ, ਦਮ ਇੱਕ ਇੱਕ ਸਵਾਸ ਪਿਆਰੇ ਦੇ ਨਾਮ ਨੂੰ ਸੰਭਾਲਦਾ, ਇੱਕ ਇੱਕ ਸਵਾਸ ਪਿਆਰੇ ਦਾ ਚਿੰਤਨ ਕਰਦਾ ਹੈ। ਦਮ, ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਹਿਣ ਲੱਗੇ ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ ਨਾਨਕ, ਇਹ ਮਰਤਬਾ ਤਿਸ ਨੂੰ ਮਿਲੇ ਜਿਸ ਨੂੰ ਕਿਰਪਾ ਕਰੇ ਰਜ਼ਾਏ। ਜਿਸ ਉੱਪਰ ਸਾਈਂ ਦੀ ਕਿਰਪਾ ਹੋਵੇ ਉਹ ਸਤਿਗੁਰੂ ਕੇ ਚਰਨਾਂ ਨਾਲ ਜੁੜਦਾ, ਦਮ ਦਮ ਪਿਆਰੇ ਨੂੰ ਸੰਭਾਲਦਾ, ਅਤੇ ਉਹਦੇ ਜਨਮ ਮਰਨ ਦਾ ਭਉ ਕੱਟਿਆ ਜਾਂਦਾ ਜੇ ਸਮਰੱਥ ਗੁਰੂ ਦੀ ਉਹਦੇ ਉੱਤੇ ਨਦਰੇ ਅਨਾਇਤ ਹੋ ਜਾਏ। ਸੇਵਕ ਮਾਏ ਤਾਂ ਰੱਬ ਦੀ ਦਰਗਾਹ ਵੀ ਤੈਨੂੰ ਥਾਂ ਮਿਲੇਗੀ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਰਾਤ ਵੀ ਮੈਂ ਇੱਕ ਥਾਂ ਅਰਜ਼ ਕਰਕੇ ਆਇਆ, ਇਸ ਤੋਂ ਅਗਲੀ ਤੁਕ ਹੈ, ਕਹੋ ਨਾਨਕ ਬਾਂਹ ਅਤੇ ਨਾਲ ਸ਼ਬਦ ਲੁਡਾਈਏ, ਬਾਂਹ ਅਤੇ ਲੁਡਾਈਏ। ਇਹਦੇ ਅਰਥ ਭਾਵੇਂ ਗੁਰਮੁਖਾਂ ਇਹ ਕੀਤੇ ਨੇ ਕਿ ਬਾਂਹ ਉੱਚੀ ਕਰਕੇ ਜਾਏਗਾ। ਮੈਂ ਬੇਨਤੀ ਕਰਾਂ ਕਿ ਇਹ ਸ਼ਬਦ ਕਿੱਥੋਂ ਆਇਆ? ਬਾਂਹ ਲੁਡਾਈਏ ਕੋਸ਼ਕਾਰਾਂ ਵਿੱਚੋਂ ਨਹੀਂ, ਇਸ ਦੇ ਰੂਟ ਵੱਲ, ਇਸ ਧਾਤੂ ਵੱਲ ਨਹੀਂ। ਇਹ ਸ਼ਬਦ ਕਿਹੜੀਆਂ ਥਾਵਾਂ 'ਤੇ ਵਰਤਿਆ ਜਾਂਦਾ ਕਿ ਬਾਂਹ ਲੁਡਾਈਏ? ਜਦੋਂ ਕੋਈ ਪਹਿਲਵਾਨ ਅਖਾੜੇ ਵਿੱਚ ਉਤਰਦਾ ਅਤੇ ਕੁਸ਼ਤੀ ਲੜ ਕੇ ਆਪਣੇ ਬਰਾਬਰ ਦੇ ਪਹਿਲਵਾਨ ਦੀ ਪਿੱਠ ਲਾ ਕੇ ਜਦੋਂ ਬਾਹਰ ਨੂੰ ਨਿਕਲਦਾ ਅਤੇ ਉਹਨੂੰ ਤੁਰਦਿਆਂ ਦੇਖੋ, ਇੱਕ ਤਾਂ ਉਹਦੀ ਬਾਂਹ ਉੱਚੀ ਹੁੰਦੀ ਹੈ ਅਤੇ ਦੂਜੇ ਉਹਦੇ ਪੈਰਾਂ ਦੀ ਜਿਹੜੀ ਚਾਲ ਹੈ ਉਹ ਲੁੱਡੀਆਂ ਪਾਉਂਦਾ ਬਾਹਰ ਨੂੰ ਨਿਕਲਦਾ ਹੈ। ਲੁਡਾਈਏ ਲੁੱਡੀਆਂ ਪਾਉਣੀਆਂ, ਬਾਂਹ ਉਹਦੀ ਉੱਚੀ, ਲੁੱਡੀਆਂ ਪਾਉਂਦਾ ਜਾਂਦਾ। ਦੂਜਾ ਇਹ ਅਸੀਂ ਦੇਖਦੇ ਹਾਂ ਕਿ ਸਾਡਾ ਪੰਜਾਬ ਦੀ ਇਹ ਖੇਡ ਸੀ ਕਬੱਡੀ ਪਾਉਣੀ। ਜਦੋਂ ਕੋਈ ਕਬੱਡੀ ਪਾਉਣ ਗਿਆ, ਸਾਹ ਪਾਉਣ ਗਿਆ, ਅਤੇ ਉਸਨੇ ਕਿਸੇ ਆਦਮੀ ਨੂੰ ਹੱਥ ਲਾਇਆ ਅਤੇ ਉਹਨੂੰ ਪਕੜਨ ਦਾ ਯਤਨ ਕੀਤਾ ਗਿਆ ਪਰ ਉਹ ਪਕੜਿਆ ਨਾ ਗਿਆ, ਜਾਂ ਉਸ ਦੇ ਜੱਫੇ ਵਿੱਚੋਂ ਉਸ ਦੀ ਤਾਕਤ ਨੂੰ ਤੋੜ ਕੇ ਨਿਕਲ ਆਇਆ, ਅਤੇ ਫਿਰ ਉਹ ਕਬੱਡੀ ਪਾਉਣ ਵਾਲੇ ਦੀ ਬਾਂਹ ਦੇਖਿਓ, ਬਾਂਹ ਉੱਚੀ ਅਤੇ ਪੈਰਾਂ ਨਾਲ ਨੱਚਦਾ ਲੁੱਡੀਆਂ ਪਾਉਂਦਾ ਜਾਂਦਾ। ਬਾਂਹ ਉੱਚੀ ਅਤੇ ਲੁੱਡੀ ਪਾਣੀ, ਕਹਿ ਰਹੀਏ ਕਿ ਮੇਰੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਬਣ ਸਕਦਾ। ਕਹਿਣ ਲੱਗਿਓ ਸਿੱਖਾ, ਤੂੰ ਗੁਰੂ ਵਾਲਾ ਬਣ ਕੇ ਸੇਵਾ ਕਰ ਤੇ ਸਹੀ, ਲੁੱਡੀਆਂ ਪਾਉਂਦਾ ਜਾਏਗਾ, ਰੱਬ ਦੀ ਦਰਗਾਹ ਵਿੱਚ ਤੇਰੇ ਲਈ ਵੀ ਕੋਈ ਰੁਕਾਵਟ ਨਹੀਂ ਬਣੇਗਾ, ਤੇਰਾ ਰਸਤਾ ਰੋਕਣ ਵਾਲਾ ਕੋਈ ਹੈ ਹੀ ਨਹੀਂ। ਵਿੱਚ ਦੁਨੀਆ ਸੇਵ ਕਮਾਈਏ, ਇਹ ਤਾਂ ਲਾਗੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਰੁਕਾਵਟ ਕੋਈ ਨਹੀਂ। ਕਹੋ ਨਾਨਕ ਬਾਂਹ ਲੁੜਾਈਏ, ਬਾਂਹ ਉੱਚੀ ਕਰਕੇ ਜਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਪਿਆਰਿਓ, ਠੇਕੋ ਅਸੀਂ ਗੁਰੂ ਜੀ ਨੂੰ ਪਿਆਰ ਕਰਨੇ ਹਾਂ ਸਾਰੇ, ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਵੀ ਮੰਨਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਵੇਂ ਪਿਤਾ ਸਾਡੇ ਸਤਿਗੁਰੂ ਨੇ। ਅਸੀਂ ਇਹ ਪ੍ਰਵਾਨ ਕਰਨੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ। ਕਿੰਨਾ ਕੁ ਬੰਦਾ ਅਗਿਆਨਤਾ ਵਿੱਚ ਫਸਿਆ ਹੈ, ਜਿਸ ਨੂੰ ਗੁਰੂ ਕਹਿੰਦਾ ਉਸ ਗੁਰੂ ਦੇ ਬਚਨ ਵੀ ਨਾ ਮੰਨੇ, ਅਤੇ ਉਹਦੇ ਬਚਨਾਂ ਨੂੰ ਮੰਨਣ ਦੀ ਥਾਂ ਕੇਵਲ ਇਹ ਕਹੀ ਜੇ ਇਹ ਮਰਿਆਦਾ ਨਾ ਦਿੱਤੀ ਹੁੰਦੀ ਤਾਂ ਸਾਰਾ ਸੰਸਾਰ ਸਿੱਖ ਹੁੰਦਾ ਨਹੀਂ? ਪਿਆਰਿਓ, ਹੁਣ ਉਸ ਬੰਦੇ ਨੇ ਕਿੰਨੀ ਕੁ ਸੇਵਾ ਕੀਤੀ। ਜਿਸ ਵਰੇ ਵਰੇ ਵੇਲੇ ਰਾਏ ਕੱਲੇ ਵਰਗੇ ਵੀ
ਕਪੂਰੇ ਵਰਗਿਆਂ ਨੇ ਵੀ ਸ਼ੇਰਾ ਕੀਤੀ, ਪਰ ਅਨੇਕਾਂ ਲੋਕ ਥਿੜਕੇ। ਜਿਸ ਕਿਰਪਾਲ ਦਾਸ ਉਦਾਸੀ ਨੇ, ਖੇਰਾਂ ਵਾਲੇ ਨੇ ਕਦੀ ਪੰਘਾਣੀ ਦੇ ਯੁੱਧ ਵਿੱਚ ਮੁਕਾਬਲਾ ਕੀਤਾ ਸੀ, ਖਿਆਤ ਖਾਂ ਦਾ ਸਿਰ ਭੰਨਿਆ, ਜਦੋਂ ਹਜ਼ੂਰ ਖੇਰਾਂ ਆਏ ਤਾਂ ਉਹਨੇ ਵੀ ਪੈਸੇ ਮਿੱਠਾ ਰੱਖ ਕੇ ਕਿਹਾ, ਮਹਾਰਾਜ ਵਿਦਾਇਗੀ ਲਵੋ, ਡਰ ਸੀ ਕਿਤੇ ਹਕੂਮਤ ਮੇਰਾ ਕਾਣ ਬੱਚਾ ਜਾਂ ਮੈਨੂੰ ਪੀੜ ਨਾ ਦੇ। ਉਸ ਵੇਲੇ ਸੇਵਾ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ। ਡੱਲੇ ਨੇ ਆਪਣੇ ਘਰ ਟਿਕਾਣਾ ਦਿੱਤਾ, ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ, ਘੋੜਿਆਂ ਦੀ ਸੇਵਾ ਕੀਤੀ, ਦੌਲਤ ਦੀ ਕੀਤੀ। ਹੁਣ ਉਸ ਸੇਵਾ ਨੇ ਉਹਦੇ ਅੰਦਰ ਇੱਕ ਖਿਆਲ ਪੈਦਾ ਕੀਤਾ। ਚੇਤੇ ਰੱਖੋ, ਇਹ ਖਿਆਲ ਤਾਂ ਪੈਦਾ ਹੋਇਆ ਜੇ ਗੁਰੂ ਦੇ ਕੋਲ ਬੈਠਾ ਸੀ। ਮਨ ਵਿੱਚ ਖਿਆਲ ਪੈਦਾ ਹੋਇਆ, ਮਨਾ ਗੁਰੂ ਤੇਰੇ ਕੋਲ ਆਏ ਨੇ, ਇੰਨੀ ਦੂਰੋਂ ਦੂਰੋਂ ਆ ਕੇ ਲੋਕ ਝੁਕਦੇ ਨੇ, ਤੂੰ ਵੀ ਕੁਝ ਮੰਗ ਲੈ। ਉਹਨੇ ਕਹਿੰਦੇ ਨੇ ਇੱਕ ਦਿਨ ਕੋਲ ਬੈਠਿਆਂ ਇਹ ਸ਼ਬਦ ਕਹਿ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਜੇ। ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਬਚਨ ਕਹੇ ਸਨ, ਕਹਿਣ ਲੱਗੇ ਡੱਲਿਆ ਕਿ ਉਹ ਦੇਖ ਮਾਲਵੇ ਦੀ ਧਰਤੀ 'ਤੇ ਅੰਬਾਂ ਦੇ ਬਾਗ ਲਹਿਰਾਉਂਦੇ ਪਏ ਨੇ, ਖੇਤਾਂ ਵਿੱਚ ਝੋਨੇ ਅਤੇ ਕਣਕ, ਦੇਖ ਕਮਾਦਾਂ ਦੀ ਫਸਲ, ਕਮਾਦ ਦੀ ਫਸਲ। ਜਦੋਂ ਕਿਹਾ ਦੇਖ ਅੰਬਾਂ ਨੂੰ ਫਲ ਲੱਗ ਗਏ ਮਾਲਵੇ ਦੀ ਧਰਤੀ 'ਤੇ, ਅਤੇ ਡੱਲੇ ਨੇ ਹੱਸ ਕੇ ਕਿਹਾ, ਮਹਾਰਾਜ ਜੇਠ ਤਪਦਾ ਪਿਆ, ਅੱਕ ਨੂੰ ਕੱਕੜੀਆਂ ਅੰਬਕੜੀਆਂ ਲੱਗੀਆਂ ਨੇ, ਰੇਤ ਵਿੱਚ ਅੰਬ ਕਿੱਥੇ। ਜਦੋਂ ਕਿਹਾ ਡੱਲਿਆ ਦੇਖ ਝੋਨੇ ਦੇ ਕਣਕ ਦੇ ਖੇਤ ਲਹਿਰਾਉਂਦੇ ਪਏ ਨੇ, ਕਹਿਣ ਲੱਗਾ ਮਹਾਰਾਜ ਡਿਲਾ ਸਰਕੜਾ ਅਤੇ ਕਾਹੀ ਖੈ, ਇੱਥੇ ਹੋਰ ਬੰਜਰ ਧਰਤੀ 'ਤੇ ਕੀ ਮਿਲਣਾ। ਹਜ਼ੂਰ ਨੇ ਕਿਹਾ ਦੇਖ ਉਹ ਕਮਾਦ, ਕਹਿਣ ਲੱਗਾ ਨਹੀਂ ਕਮਾਦ ਨਹੀਂ ਸੱਚੇ ਪਾਤਸ਼ਾਹ, ਇਹ ਤਾਂ ਕਾਨਿਆਂ ਦੇ ਪੇਡੇ ਨੇ। ਕਹਿਣ ਲੱਗੇ ਡੱਲਿਆ ਦੇਖ ਨਹਿਰਾਂ ਦਾ ਪਾਣੀ ਆ ਗਿਆ ਮਾਲਵੇ ਦੀ ਧਰਤੀ, ਜ਼ਰਖੇਜ਼ ਜ਼ਮੀਨ ਬਣ ਗਈ। ਕਹਿਣ ਲੱਗਾ ਰੇਤ ਚਮਕਦੀ, ਪਾਣੀ ਦਾ ਭੁਲੇਖਾ ਪੈਂਦਾ। ਹੱਸ ਕੇ ਇੱਕ ਬਚਨ ਕਿਉਂ ਨੇ, ਉਹ ਸੱਤ ਬਚਨ ਕਹੀ ਜਾਂਦੋ ਅਤੇ ਅੱਜ ਹੀ ਲਹਿਰਾਂ ਬਹਿਰਾਂ ਲੱਗ ਜਾਂਦੀਆਂ, ਮਾਲਵੇ ਦੀ ਧਰਤੀ ਨੂੰ ਭਾਗ ਲੱਗੇਗਾ। ਪਰ ਚੇਤੇ ਰੱਖੀ, ਸਮਾਂ ਆਉਣ ਨਾ ਲੱਗੇਗਾ ਅਤੇ ਉਸ ਧਰਤੀ ਨੂੰ ਭਾਗ ਲੱਗਾ। ਇੱਥੇ ਫਿਰ ਇਹਦੇ ਮਨ 'ਚ ਆਇਆ ਇਹ ਖਿਆਲ, ਹੱਥ ਜੋੜ ਕੇ ਕਹਿੰਦਾ ਕਿਰਪਾ ਕਰੋ ਕਿ ਪੀੜ੍ਹੀ ਜਿੰਨੀ ਥਾਂ ਆਪਣੇ ਚਰਨਾਂ 'ਚ ਦੇ ਦਿਓ, ਚਰਨਾਂ 'ਚ ਥਾਂ ਮੰਗੀ, ਪੀੜ੍ਹੀ ਜਿੰਨੀ ਥਾਂ ਦੇ ਦਿਓ। ਸੱਚੇ ਪਾਤਸ਼ਾਹ ਨਾ ਗੰਭੀਰ ਹੋ ਗਏ, ਕਹਿਣ ਲੱਗਾ ਮਹਾਰਾਜ ਤੁਸੀਂ ਕਹਿੰਦੇ ਸੋ ਕੁਝ ਮੰਗ ਲੈ, ਮੈਂ ਪੀੜ੍ਹੀ ਜਿੰਨੀ ਥਾਂ ਮੰਗੀ। ਕਹਿਣ ਲੱਗੇ ਜਿਸ ਤਰੀਕੇ ਨਾਲ ਤੂੰ ਗੁਰੂ ਨੂੰ ਨੇ ਕੀਤਾ ਤੂੰ ਉਹ ਚੀਜ਼ ਮੰਗ। ਤੂੰ ਜ਼ਮੀਨ ਦਿੱਤੀ, ਬੋਲ ਕਿੰਨੇ ਅਰਬ ਤੈਨੂੰ ਜ਼ਮੀਨ, ਕਿੰਨੇ ਏਕੜ ਜ਼ਮੀਨ ਤੈਨੂੰ ਚਾਹੀਦੀ ਹੈ। ਤੂੰ ਧਨ ਦਿੱਤਾ, ਧਨ ਦੇ ਬਦਲੇ ਦੱਸ ਤੈਨੂੰ ਧਨ ਕਿਤਨਾ ਲੋੜੀਦਾ ਹੈ। ਤੂੰ ਹਾਥੀ ਘੋੜਿਆਂ ਦੀ ਸੇਵਾ ਕਰਨਾ, ਦੱਸ ਤੈਨੂੰ ਪਸ਼ੂ ਕਿਤਨੇ ਚਾਹੀਦੇ ਨੇ। ਕਹਿਣ ਲੱਗਾ ਮੈਨੂੰ ਚਰਨਾਂ 'ਚ ਪੀੜ੍ਹੀ ਦਿੰਨੀ ਥਾਂ ਚਾਹੀਦੀ ਏ। ਹੱਸ ਕੇ ਕਹਿਣ ਲੱਗੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੂੰ ਆਪਣੇ ਅੰਦਰ ਸਾਨੂੰ ਥਾਂ ਦਿੱਤੀ ਹੈ, ਜਿੱਥੇ ਤੂੰ ਥਾਂ ਦਿੱਤੀ ਉਹਦੇ ਬਦਲੇ ਹੀ ਥਾਂ ਲੈਣੀ ਆ ਨਾ। ਜੇ ਬਾਹਰ ਥਾਂ ਦਿੱਤੀ ਜ਼ਮੀਨ ਮਿਲ ਸਕਦੀ ਹੈ, ਬਾਹਰ ਪੈਸੇ ਦਿੱਤੇ ਪੈਸੇ ਮਿਲ ਸਕਦੇ ਨੇ, ਬਾਹਰ ਦੀ ਦੌਲਤ ਨਾਲ ਦੌਲਤ ਮਿਲ ਸਕਦੀ ਹੈ, ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤਾਂ ਤੂੰ ਬਿਠਾਉਣ ਨੂੰ ਤਿਆਰ ਨਹੀਂ ਹੋਇਆ ਅਤੇ ਸਾਡੇ ਅੰਦਰੋਂ ਪੀੜ੍ਹੀ ਜਿੰਨੀ ਥਾਂ ਮੰਗਣਾ। ਕਹਿਣ ਲੱਗਾ ਮਹਾਰਾਜ ਅੰਦਰ ਥਾਂ ਕਿਵੇਂ, ਅਤੇ ਮੁਸਕਰਾ ਕੇ ਕਿਹਾ ਦੇਖ ਇੱਕ ਮਰਿਆਦਾ ਹੈ, ਗੁਰੂ ਵਾਲਾ ਬਣੇਗਾ ਅਤੇ ਗੁਰੂ ਨੂੰ ਅੰਦਰ ਥਾਂ ਦਈ। ਉਹ ਪਿਆਰਿਆ ਜਦੋਂ ਗੁਰੂ ਨੂੰ ਅੰਦਰ ਥਾਂ ਦੇ ਦਿੱਤੀ ਨਾ, ਫਿਰ ਗੁਰੂ ਕੋਲੋਂ ਪੀੜ੍ਹੀ ਦੀਆਂ ਥਾਵਾਂ ਸਿੱਖ ਨਹੀਂ ਮੰਗਦਾ, ਕਿਉਂਕਿ ਗੁਰੂ ਦਾ ਘਰ ਸਿੱਖ ਦਾ ਹੀ ਘਰ ਹੋ ਜਾਂਦਾ। ਇਸ ਬੇਨਤੀ ਨੂੰ ਸਮਝਿਓ, ਅੰਦਰ ਗੁਰੂ ਨੂੰ ਥਾਂ ਨਾ ਦਈਏ ਅਤੇ ਬਾਹਰ ਕਹੀ ਜਾਈਏ ਜੀ ਸਾਨੂੰ ਆਪਣੀ ਪੀੜ੍ਹੀ ਜਿੰਨੀ ਥਾਂ ਦੇ ਦੇਈ। ਹਜ਼ੂਰ ਕਹਿੰਦੇ ਨੇ ਅੰਦਰ ਥਾਂ ਦੇ। ਅੰਮ੍ਰਿਤ ਦੀ ਦਾਤ ਲਈ ਭਾਈ ਡੱਲੇ ਤੋਂ ਚੌਧਰੀ ਭਾਈ ਡੱਲਾ ਸਿੰਘ ਬਣਿਆ। ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਦੇ ਚਰਨਾਂ ਵੀ ਜਦੋਂ ਜੁੜਿਆ, ਸੱਚ ਜਾਣੋ ਜਿਨ੍ਹਾਂ ਨੇ ਗੁਰੂ ਨੂੰ ਅੰਦਰ ਥਾਂ ਦਿੱਤੀ, ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣਾ ਘਰ ਹੀ ਦੇ ਦਿੱਤਾ, ਅਤੇ ਜਿਨ੍ਹਾਂ ਨੇ ਗੁਰੂ ਦੀ ਟੇਕ ਲਈ ਭਾਵੇਂ ਉਹ ਕਿੰਨੇ ਭਟਕਦੇ ਸਨ, ਗੁਰੂ ਨੇ ਉਹਨਾਂ ਨੂੰ ਭਗਤੀ ਨਾਲ ਜੋੜ ਦਿੱਤਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ, ਕਹਿੰਦੇ ਨੇ ਕਿਰਪਾਲੂ ਦਾਤਾ ਜੀ ਕਿ ਪਿਆਰਿਆ ਕਿ ਗੁਰੂ ਤੇਰੇ ਮਨ ਨੂੰ ਟਿਕਾ ਦਏਗਾ, ਭਗਤੀ ਦਾ ਟਿਕਾ ਗੁਰੂ ਤੋਂ ਬਿਨਾਂ ਨਹੀਂ। ਅਸੀਂ ਬਚਨ ਪੜ੍ਹਨੇ ਹਾਂ, ਜਿਉਂ ਮੰਦਰ ਕੋ ਥੰਮ ਹੈ ਥੰਬਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਬਨ।
ਕਿਵੇਂ ਤੂੰ ਤਰੇਂਗਾ ਜਿਉਂ ਪਾ ਖਾਣ ਨਾਵ ਚਰ ਤਰੈ। ਕਹਿਣ ਲੱਗੇ ਪਿਆਰੇ ਜੇ ਤੂੰ ਪਾਰ ਹੋਣਾ ਹੈ, ਪੱਥਰ ਪਾਰ ਹੋ ਜਾਂਦਾ ਬੇੜੀ ਵਿੱਚ ਬੈਠਾ ਹੋਵੇ, ਜਿਉਂ ਪਾ ਖਾਣ ਨਾਵ ਚਰ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਹਜ਼ੂਰ ਨੇ ਕਿਹਾ ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ, ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਕਤ ਨਾ ਪਾਈਐ ਭਾਈ। ਅੱਜ ਦੇ ਅੰਮ੍ਰਿਤ ਬਚਨ ਨੇ ਗੁਰੂ ਅਮਰਦਾਸ ਜੀ ਦੇ, ਬਿਨ ਸਤਿਗੁਰ ਭਗਤ ਨਾ ਹੋ ਬਈ। ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ, ਕਿਉਂਕਿ ਭਗਤੀ ਦੀ ਦਾਤ ਕੇਵਲ ਗੁਰੂ ਹੀ ਦੇ ਸਕਦਾ ਹੈ। ਇੱਥੇ ਮੈਂ ਇੱਕ ਅਰਜ਼ ਕਰਦਾ ਜਾਵਾਂ ਕਿ ਅਸੀਂ ਕਹਾਂਗੇ, ਫਿਰ ਪ੍ਰਸ਼ਨ ਹੋਣਗੇ ਵੀ ਗੁਰੂ ਤੋਂ ਬਿਨਾਂ ਸਿੱਧੀ ਭਗਤੀ ਕਿਵੇਂ ਨੇ। ਇੱਕ ਉਦਾਹਰਨ ਮੈਂ ਦੇ ਦੇਣਾ, ਸਮੁੰਦਰ ਵਿੱਚ ਪਾਣੀ ਬਹੁਤ ਹੈ, ਪਰ ਜੇਕਰ ਕੋਈ ਬੰਦਾ ਸਿੱਧਾ ਜਾ ਕੇ ਸਮੁੰਦਰ ਦਾ ਪਾਣੀ ਪੀਣਾ ਸ਼ੁਰੂ ਕਰੇ, ਉਸ ਬੰਦੇ ਦੀ ਪਿਆਸ ਨਹੀਂ ਬੁੱਝੇਗੀ। ਸਿੱਧਾ ਪਾਣੀ ਪੀਣ ਤੁਰੇਗਾ, ਇੱਕ ਦਿਨ ਪਾਣੀ ਉਹਦੇ ਅੰਦਰ ਨੂੰ ਖੋਰਾ ਲਾ ਸਕਦਾ ਹੈ। ਉਸ ਪਾਣੀ ਵਿੱਚ ਜਿਤਨਾ ਮਰਜ਼ੀ ਕੋਈ ਟੁੱਬੀਆਂ ਮਾਰੇ, ਪਰ ਪਰਤ ਕੇ ਜਿੰਨੀ ਦੇਰ ਤੱਕ ਬਾਹਰ ਇਸ਼ਨਾਨ ਨਹੀਂ ਕਰਦਾ, ਉਹਦੇ ਅੰਦਰ ਨੂੰ ਸ਼ਾਂਤੀ ਨਹੀਂ। ਸਮੁੰਦਰ ਦਾ ਪਾਣੀ ਖਾਰਾ ਹੈ, ਪਰ ਇਹ ਕਦੀ ਭੁੱਲੀਏ ਨਾ ਕਿ ਸਿੱਧਾ ਸਮੁੰਦਰ ਦਾ ਪਾਣੀ ਕੋਈ ਪੀਣ ਦਾ ਯਤਨ ਕਰੇ ਤਾਂ ਰਸ ਨਹੀਂ ਆਉਣਾ। ਹਾਂ, ਬੱਦਲ ਬਣ ਕੇ ਆਏ ਅਤੇ ਬੱਦਲ ਬਣ ਕੇ ਉਹੀ ਪਾਣੀ ਵਰਸੇ ਅਤੇ ਜਿਹੜਾ ਖਾਰਾ ਸੀ ਉਹੀ ਮਿੱਠਾ ਲੱਗਣ ਲੱਗ ਪੈਂਦਾ ਹੈ। ਗੁਰੂ ਕੀ ਹੈ? ਗੁਰੂ ਅਸੀਂ ਕਹਾਂਗੇ ਵਾਹਿਗੁਰੂ ਵਾਹਿਗੁਰੂ, ਭਗਤੀ ਅਸੀਂ ਕਰਦੇ ਹਾਂ, ਇਹਦਾ ਮਤਲਬ ਸਿੱਧਾ ਸਮੁੰਦਰ ਵੱਲ ਤੁਰੇ ਜਾਂਦੇ ਹਾਂ। ਪਿਆਰਿਆਂ, ਟਿਕਾਂ ਤੂੰ ਅਭੇਦ ਸਮੁੰਦਰ ਵਿੱਚ ਹੀ ਹੋਣਾ ਹੈ, ਪਰ ਚੇਤੇ ਰੱਖੀ ਜਿਹੜਾ ਰਸ ਤੈਨੂੰ ਗੁਰੂ ਬੱਦਲ ਨੇ ਦੇ ਦੇਣਾ, ਉਹ ਰਸ ਤੈਨੂੰ ਆਪਣੇ ਆਪ ਸ਼ਾਇਦ ਜਾ ਕੇ ਨਹੀਂ ਮਿਲੇਗਾ। ਬਿਨ ਸਤਿਗੁਰ ਭਗਤ ਨਾ ਹੋ ਬਈ, ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ। ਅਤੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ, ਨਾਮ ਨਾ ਲੱਗੇ ਪਿਆਰ, ਅਤੇ ਨਾਮ ਨਾਲ ਗੁਰੂ ਤੋਂ ਬਿਨਾਂ ਪਿਆਰ ਵੀ ਨਹੀਂ ਬਣਦਾ। ਭਾਵੇਂ ਉੱਤੋਂ ਰੁੱਖਾ ਰੁੱਖਾ ਕਹੀ ਜਾਂਦਾ ਮਨ, ਪਰ ਅੰਦਰ ਦਾ ਪਿਆਰ ਤਾਂ ਬਣਦਾ ਜੇ ਗੁਰੂ ਨੂੰ ਪ੍ਰੇਮ ਕਰੇ। ਹਜ਼ੂਰ ਨੇ ਅੰਤਲੇ ਬਚਨ ਕਹਿ ਪਿਆਰਿਆ ਕਿ ਜੇ ਗੁਰੂ ਮਿਲ ਜਾਏ ਜਨ ਨਾਨਕ ਨਾਮ ਆਰਾਧਿਆ, ਗੁਰ ਕੈ ਖੇਤ ਪਿਆਰ, ਜਨ ਨਾਨਕ ਨਾਮ ਆਰਾਧਿਆ ਗੁਰ ਕੈ ਖੇਤ ਪਿਆਰ। ਖੇ ਭਾਈ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ, ਗੁਰੂ ਦੇ ਪ੍ਰੇਮ ਵਿੱਚ ਭਿੱਜੇ, ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਆਰਾਧਿਆ, ਆਰਾਧਿਆ ਗਿਆ ਗੁਰੂ ਨੂੰ ਪ੍ਰੇਮ ਕਰਕੇ। ਇਹਦਾ ਮਤਲਬ ਕਿ ਗੁਰੂ ਅਮਰਦਾਸ ਅੱਜ ਬਚਨ ਕਰਦੇ ਨੇ, ਪਰਮਾਤਮਾ ਨੂੰ ਪਾਉਣਾ ਹੈ ਅਤੇ ਗੁਰੂ ਦੇ ਚਰਨਾਂ ਦੀ ਟੇਕ ਲੈ। ਗੁਰੂ ਤੋਂ ਬਿਨਾਂ ਰੱਬ ਦੀ, ਪ੍ਰਭੂ ਦੀ ਪ੍ਰਾਪਤੀ ਨਹੀਂ, ਗੁਰੂ ਤੋਂ ਬਿਨਾਂ ਅੰਦਰ ਦੀ ਭਗਤੀ ਫਲੀਭੂਤ ਨਹੀਂ ਹੁੰਦੀ। ਆਓ ਪਿਆਰਿਓ, ਆਪਾਂ ਵੀ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਜੇ ਭਗਤੀ ਕਰਨੀ ਹੈ ਤਾਂ ਗੁਰੂ ਦੀਕਸ਼ਾ ਲੈ ਕੇ, ਗੁਰਮੰਤਰ ਲੈ ਕੇ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਚਰਨਾਂ ਨਾਲ ਜੁੜ ਸਕੀਏ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਕਰੋ ਕਿਰਪਾ, ਬਖਸ਼ੋ ਅਸੀਸ, ਔਰ ਉਚਾਰਨ ਕਰੋ ਜੀ ਵਾਹਿਗੁਰੂ।